ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ। ਜ਼ਿੰਦਗੀ 'ਚ ਅਕਸਰ ਅਸੀਂ ਐਸੇ ਵੇਲੇ ਆਉਂਦੇ ਨੇ ਜਾਂ ਐਸਾ ਕੋਈ ਵਕਤ ਆਉਂਦਾ ਜਦੋਂ ਅਸੀਂ ਸਰਪ੍ਰਾਈਜ਼ਡ ਹੋ ਜਾਂਦੇ ਹਾਂ, ਅਚਨਚੇਤ, ਚਾਣਚੱਕ। ਅੱਛਾ, ਇਹ ਜਿਹੜੀ ਮੈਂ ਗੱਲ ਕਰ ਰਿਹਾ ਨਾ, ਇਹ ਪੋਜ਼ਿਟਿਵ ਸੈਂਸ ਵਿੱਚ ਹੈ ਕਿ ਕੋਈ ਤੁਹਾਡਾ ਪਿਆਰਾ ਇੱਕਦਮ ਤੁਹਾਡੇ ਸਾਹਮਣੇ ਆ ਗਿਆ ਅਤੇ ਤੁਹਾਨੂੰ ਸਮਝ ਨਹੀਂ ਆ ਰਹੀ ਤੁਸੀਂ ਕਰੋ ਕੀ। ਮਤਲਬ ਖੁਸ਼ੀ ਦਾ ਔਰ ਹੈਰਾਨਗੀ ਦਾ ਇੱਕ ਰਲਿਆ ਮਿਲਿਆ ਜਿਹਾ ਇਜ਼ਹਾਰ ਹੁੰਦਾ ਹੈ। ਕਿਸੇ ਪਿਆਰੇ ਨੇ ਤੁਹਾਨੂੰ ਉਹ ਗੱਲ ਕਹਿਤੀ ਹੈ ਜੋ ਤੁਸੀਂ ਸੁਣਨਾ ਚਾਹੁੰਦੇ ਹੋ, ਲੇਕਿਨ ਤੁਹਾਨੂੰ ਯਕੀਨ ਨਹੀਂ ਸੀ ਕਿ ਉਹ ਕਹਿ ਦੇਗਾ। ਸੁਣਨਾ ਚਾਹ ਰਹੇ ਸੀ ਤੁਸੀਂ, ਤੁਹਾਡੀ ਫੀਲਿੰਗ, ਤੁਹਾਡਾ ਅਹਿਸਾਸ ਹੈ ਸੀ, ਲੇਕਿਨ ਤੁਹਾਨੂੰ ਐਵੇਂ ਮਤਲਬ ਇੱਕ ਹੈ ਸੀ ਕਿ ਨਹੀਂ ਯਾਰ ਉਹ ਕਹਿ ਨਹੀਂ ਸਕਦਾ, ਲੇਕਿਨ ਤੁਹਾਡਾ ਮਨ ਅੰਦਰੋਂ ਸੀ ਕਿ ਉਹ ਕਵੇ ਜਾਂ ਤੁਸੀਂ ਕਵੋ। ਤੁਹਾਡੇ 'ਚ ਸ਼ਾਇਦ ਉਹ ਹਿੰਮਤ ਨਹੀਂ ਸੀ ਉਹ ਗੱਲ ਕਹਿਣ ਦੀ, ਅਤੇ ਉਹ ਤੁਹਾਡਾ ਪਿਆਰਾ ਤੁਹਾਨੂੰ ਇੱਕਦਮ ਉਹ ਗੱਲ ਕਹਿ ਦੇਵੇ ਅਤੇ ਤੁਹਾਨੂੰ ਸਮਝ ਨਹੀਂ ਆਉਂਦੀ ਕਿ ਯਾਰ ਉਹ ਤੁਸੀਂ ਉਹਦਾ ਰੀਐਕਸ਼ਨ ਜਾਂ ਉਹਦਾ ਪਰਤਾਵਾ। ਅੱਛਾ, ਇਹ ਫੀਲਿੰਗ ਚੰਦ ਲਮਹੇ ਵਾਸਤੇ ਹੁੰਦੀ ਹੈ ਕਿ ਤੁਹਾਨੂੰ ਕੁਝ ਸਮਝ ਨਹੀਂ ਆ ਰਿਹਾ ਹੁੰਦਾ ਕਿ ਤੁਸੀਂ ਕੀ ਕਰੋ ਜਾਂ ਕੀ ਕਰ ਸਕਦੇ ਹੋ ਜਾਂ ਕੀ ਕਹਿਣਾ ਚਾਹੀਦਾ। ਉਹ ਮੈਨੂੰ ਸਜਾਦ ਬੁਖਾਰੀ ਸਾਹਿਬ ਦਾ ਇੱਕ ਸ਼ੇਰ ਯਾਦ ਆ ਰਿਹਾ ਕਿ ਉਦਰੇਵੇਂ ਨੇ ਹਿੰਮਤਾਂ ਦਿੱਤੀਆਂ, ਭਰੇ ਬਾਜ਼ਾਰ 'ਚ ਕੱਸ ਕੇ ਮਿਲਿਆ। ਮਤਲਬ ਕਦੀ ਕਦਾਰ ਇਹ ਹੁੰਦਾ ਹੈ, ਉਦਰੇਵਾਂ ਤੁਹਾਨੂੰ ਹਿੰਮਤ ਦੇ ਦਿੰਦਾ, ਤੁਹਾਡੀ ਐਕਸਾਈਟਮੈਂਟ ਜਿਹੜੀ ਹੈ ਉਹ ਇਸ ਕਦਰ ਵੱਧ ਜਾਂਦੀ ਹੈ ਕਿ ਤੁਸੀਂ ਮਤਲਬ ਆਪਣੇ ਆਪ ਹੀ ਉਹਨੂੰ ਆਪਣੇ ਆਪੇ ਨੂੰ ਕੰਟਰੋਲ ਨਹੀਂ ਕਰ ਸਕਦੇ। ਦੁਬਾਰਾ ਮੈਂ ਕਹਾਂਗਾ, ਪੋਜ਼ਿਟਿਵ ਸੈਂਸ ਵਿੱਚ ਇਹਨੂੰ ਲਿਆ ਜਾਵੇ, ਕਿਉਂਕਿ ਗੁੱਸਾ ਸਾਨੂੰ ਬਹੁਤ ਜਲਦੀ ਆਉਂਦਾ ਅਤੇ ਗੁੱਸਾ ਉਹ ਆਪੇ ਤੋਂ ਬਾਹਰ ਹੋ ਜਾਣਾ ਇਸ ਤਰ੍ਹਾਂ ਠੀਕ ਹੈ, ਉਹ ਵੀ ਇੱਕ ਅਮਲ ਹੈ। ਲੇਕਿਨ ਮੈਂ ਕਹਿ ਰਿਹਾ ਤੁਹਾਡੀ ਜਿਹੜੀ ਗੁੱਡ ਫੀਲਿੰਗਸ ਨੇ, ਚੰਗੇ ਅਹਿਸਾਸਾਤ ਜਿਹੜੇ ਕਿ ਖੁਸ਼ਬੂ ਵਰਗੇ ਹੁੰਦੇ ਨੇ, ਕੋਮਲ ਜਜ਼ਬੇ, ਬਾਜ਼ੂਕਾਤ ਉਹ ਵੀ ਤੁਹਾਨੂੰ ਇੰਨੀ ਹਿੰਮਤ ਦੇ ਦਿੰਦੇ ਨੇ ਕਿ ਤੁਸੀਂ ਉਹ ਸਭ ਕੁਝ ਕਰ ਗੁਜ਼ਰਦੇ ਹੋ ਜਿਹਦੇ 'ਤੇ ਬਾਅਦ ਵਿੱਚ ਤੁਸੀਂ ਵੀ ਸੋਚਦੇ ਅੱਛਾ ਯਾਰ ਮੈਂ ਕਰ ਲਿਆ। ਯਾਨੀ ਉਹ ਤੁਹਾਡੇ ਵਿੱਚ ਇੱਕ ਤਾਕਤ ਆ ਜਾਂਦੀ, ਉਹ ਐਨਰਜੀ ਇੱਕ ਜਿਵੇਂ ਕਹਿੰਦੇ ਰੋਕ ਰੋਕ ਕੇ ਉਹ ਸੋਚ ਸੋਚ ਕੇ ਇੱਕ ਪਾਵਰ ਬਣ ਜਾਂਦੀ, ਇੱਕ ਤਾਕਤ ਬਣ ਜਾਂਦੀ ਹੈ। ਉਹਦੇ ਨਾਲ ਜੁੜਦੀ ਇੱਕ ਗੱਲ ਹੈ ਜਿਹਦਾ ਪਤਾ ਨਹੀਂ ਇਹਦੇ ਨਾਲ ਕੁਛ ਤਾਲੁਕ ਬਣਦਾ ਜਾਂ ਨਹੀਂ ਬਣਦਾ, ਆ ਗਈ ਹੈ ਕਰ ਦਿੰਦੇ ਹਾਂ ਅਸੀਂ। ਇੱਕ ਇਹਨੇ ਸਾਇੰਸ ਨੇ ਵੀ ਪ੍ਰੂਵ ਕੀਤਾ ਹੈ ਕਿ ਜਿਸ ਲਫ਼ਜ਼ ਦਾ ਜ਼ਿਆਦਾ ਉਚਾਰਨ, ਜ਼ਿਆਦਾ ਬੋਲਿਆ ਜਾਵੇ, ਜਾਪ ਕੀਤਾ ਜਾਵੇ, ਤਸਬੀਹ ਕੀਤੀ ਜਾਵੇ, ਮਤਲਬ ਦੁਨੀਆਂ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਲਫ਼ਜ਼ ਬੋਲੇ ਜਾ ਰਹੇ ਨੇ ਰੂਹ ਦੇ ਨਾਲ, ਰੂਹਾਨੀ ਤੌਰ 'ਤੇ ਅੰਦਰੋਂ ਅਕੀਦਤ ਨਾਲ ਬੋਲੇ ਜਾਂਦੇ ਨੇ, ਇੱਕ ਉਹਨਾਂ ਦਾ ਵਜੂਦ ਬਣ ਜਾਂਦਾ। ਜਿਵੇਂ ਮੁਸਲਿਮ ਜਿਹੜੇ ਲੋਕ ਨੇ ਉਹਨਾਂ ਨੇ ਆਮ ਲਫ਼ਜ਼ ਸੁਣਿਆ ਹੋਏਗਾ ਨਾ, ਇਸਮੇ ਆਜ਼ਮ। ਅੱਛਾ, ਉਹ ਇੱਕ ਤਾਕਤ ਹੈ। ਇਸੇ ਤਰ੍ਹਾਂ
ਜਿਸ ਲਫ਼ਜ਼ ਦਾ ਤੁਹਾਡੀ ਰੂਹਾਨੀਅਤ ਨਾਲ ਤਲਕ ਹੋਵੇ ਔਰ ਜ਼ਿਆਦਾ ਉਹਦਾ ਵਿਰਤ ਕੀਤਾ ਜਾਵੇ, ਜ਼ਿਆਦਾ ਤੋਂ ਜ਼ਿਆਦਾ ਲੋਕ ਵਿਰਤ ਕਰਨ, ਅਤੇ ਉਹ ਇੱਕ ਤਾਕਤ ਬਣ ਜਾਂਦੀ ਹੈ, ਉਹ ਇੱਕ ਵਜੂਦ ਬਣ ਜਾਂਦਾ। ਇਸੇ ਤਰ੍ਹਾਂ ਜਿਹੜੀ ਤੁਹਾਡੀ ਕਿਸੇ ਦੇ ਨਾਲ ਅੰਦਰੂਨੀ ਇੱਕ ਤਾਲੁਕ, ਇੱਕ ਬੜਾ ਕੋਮਲ ਜਿਹਾ, ਪਿਆਰਾ ਜਿਹਾ, ਲੇਕਿਨ ਤੁਹਾਡੇ ਕੋਲੋਂ ਤੁਹਾਨੂੰ ਉਹ ਹਿੰਮਤ ਨਹੀਂ ਹੋ ਰਹੀ ਉਹ ਗੱਲ ਕਹਿਣ ਦੀ। ਤੁਹਾਡੇ ਕੋਲ ਲਫ਼ਜ਼ ਤਾਂ ਹੈ ਨੇ, ਲੇਕਿਨ ਤਾਕਤ ਨਹੀਂ ਉਹਨਾਂ ਦੀ ਅਦਾਇਗੀ ਦੀ। ਤੁਸੀਂ ਹਿਚਕਚਾਰ ਰਹੇ ਹੋ ਕਿ ਕੀ ਹੋਏਗਾ, ਅੱਗੋਂ ਕੀ ਰਿਐਕਸ਼ਨ ਹੋਏਗਾ। ਅੱਛਾ, ਅਗਲਾ ਬੰਦਾ ਵੀ ਸੋਚ ਰਿਹਾ, ਹੁਣ ਦੋਵੇਂ ਇੱਕੋ ਜਿਹੇ ਮਿਲੇ ਹੋਏ ਨੇ, ਇੱਕ ਨੇ ਹਿੰਮਤ ਕਰਕੇ ਕਹਿ ਦਿੱਤਾ, ਦੂਸਰਾ ਇੰਨਾ ਕੁ ਐਕਸਾਈਟਿਡ ਔਰ ਇੱਕਦਮ ਸ਼ੌਕਡ ਹੋਇਆ ਕਿ ਉਹਨੂੰ ਸਮਝ ਹੀ ਨਹੀਂ ਆਈ ਕਿ ਉਹਨੇ ਪਰਤਾਵਾ ਕੀ ਦੇਣਾ ਹੈ, ਅੱਗੋਂ ਫੌਰੀ ਤੌਰ 'ਤੇ ਕੀ ਜਵਾਬ ਦੇਣਾ। ਤੁਸੀਂ ਆਪਣੀ ਕੈਫੀਅਤ, ਅੱਜ ਇਸ ਤਰ੍ਹਾਂ ਦੀ ਕੋਈ ਕੈਫੀਅਤ ਤੁਹਾਡੇ ਨਾਲ ਅਗਰ ਹੋਈ ਹੈ ਕਦੀ, ਤਾਂ ਉਹ ਆ ਕੇ ਸ਼ੇਅਰ ਕਰਨੀ ਹੈ ਕਿ ਤੁਸੀਂ ਚਾਹ ਰਹੇ ਸੀ ਕਿਸੇ ਕੋਲੋਂ ਕੁਝ ਸੁਣਨਾ, ਉਹਨੇ ਕਹਿ ਦਿੱਤਾ, ਲੇਕਿਨ ਤੁਸੀਂ ਇੱਕਦਮ ਸ਼ੌਕਡ ਹੋ ਗਏ, ਹੈਰਾਨ ਹੋ ਗਏ, ਤੁਸੀਂ ਨਾਲ ਪਰੇਸ਼ਾਨ ਵੀ ਹੋ ਗਏ। ਇਹਦੇ 'ਤੇ ਮੈਨੂੰ ਹੈਰਾਨ ਔਰ ਪਰੇਸ਼ਾਨ ਦੋ ਲਫ਼ਜ਼ ਆਏ ਨੇ, ਤਾਂ ਲਤੀਫਾ ਮੇਰੇ ਜ਼ਿਹਨ ਵਿੱਚ ਇੱਕ ਆਇਆ, ਲੇਕਿਨ ਨਹੀਂ, ਉਹ ਮੈਂ ਸੁਣਾ ਨਹੀਂ ਸਕਦਾ। ਅੱਛਾ, ਅਤੇ ਤੁਸੀਂ ਇੱਕਦਮ ਹੈਰਾਨ ਵੀ ਹੋ ਗਏ ਹੋਵੋ ਔਰ ਪਰੇਸ਼ਾਨ ਵੀ ਹੋ ਗਏ ਹੋਵੋ। ਅੱਛਾ, ਜਾਂ ਤੁਹਾਡੇ ਆਪਣੇ 'ਤੇ ਵੀ ਇਹ ਵਾਰਤਾ ਹੋ ਸਕਦੀ ਹੈ ਕਿ ਤੁਸੀਂ ਕਦੀ ਇੰਨੀ ਕੁ ਤੁਹਾਡੇ ਵਿੱਚ ਹਿੰਮਤ ਆ ਗਈ ਹੋਵੇ ਕਿ ਤੁਸੀਂ ਕਹਿ ਦਿੱਤਾ ਹੋਵੇ, ਔਰ ਬਾਅਦ ਵਿੱਚ ਸੋਚਿਆ ਵੀ ਅੱਛਾ ਯਾਰ, ਮੈਂ ਕਹਿ ਦਿੱਤਾ, ਮਤਲਬ ਮੈਂ ਕਹਿ ਦਿੱਤਾ ਹੈ। ਹਮੇਸ਼ਾ ਮੋਸਟਲੀ ਇਹੀ ਹੁੰਦਾ ਕਿ ਅਗਰ ਤੁਹਾਡੀ ਵੇਵਸ, ਤੁਹਾਡੀ ਜ਼ਿਹਨੀ ਮਤਲਬ ਸੋਚ, ਤਾਲੁਕ ਤਾਂ ਤੁਹਾਡਾ ਉਸਤਵਾਰ ਹੈ, ਲੇਕਿਨ ਉਹਦੇ ਵਿੱਚ ਕੁਝ ਐਸੇ ਮਾਮਲਾਤ ਜਾਂ ਐਸੀਆਂ ਗੱਲਾਂ ਨੇ ਤੁਸੀਂ ਨਹੀਂ ਕਰ ਪਾ ਰਹੇ। ਹੁਣ ਕੈਫੀਅਤ ਦੋ ਸਾਈਡਾਂ ਤੋਂ ਇੱਕੋ ਜਿਹੀ ਹੈ, ਔਰ ਕਦੀ ਕਦੀ ਇਹ ਵੀ ਹੁੰਦਾ ਹੈ ਕਿ ਦੂਸਰੇ ਪਾਸੇ ਬਿਲਕੁਲ ਵੀ ਪਤਾ ਨਹੀਂ ਹੁੰਦਾ। ਤੁਹਾਡੇ ਅੰਦਰ ਇੱਕ ਜਜ਼ਬਾ, ਇੱਕ ਰਿਸ਼ਤਾ ਪਲ ਰਿਹਾ ਹੁੰਦਾ ਹੈ, ਨਿੱਕਾ ਬੂਟਾ ਹੁੰਦਾ ਹੈ, ਉਹਨੂੰ ਤੁਸੀਂ ਮਤਲਬ ਉਸ ਅਹਿਸਾਸ ਦਾ ਪਾਣੀ ਦਿੰਦੇ ਰਹਿੰਦੇ ਹੋ, ਉਸ ਸੋਚ ਦਾ, ਮੁਹੱਬਤ ਦਾ, ਅਤੇ ਉਹ ਇੱਕ ਰੁੱਖ ਬਣ ਜਾਂਦਾ ਹੈ। ਤੁਸੀਂ ਇਕੱਲੇ ਵੀ ਉਹਦੀ ਛਾਂ ਮਾਣ ਸਕਦੇ ਹੋ ਬਗੈਰ ਦੱਸਿਆਂ ਵੀ। ਇਹ ਵੀ ਇੱਕ ਇੱਕ ਬੜਾ ਸੋਹਣਾ ਰੰਗ ਹੈ ਕਿ ਉਹਦੀ ਤੁਸੀਂ ਇਕੱਲੇ ਹੀ ਉਹਦੀ ਛਾਂ ਮਾਣੋ, ਤੁਹਾਨੂੰ ਇਹ ਬਿਲਕੁਲ ਇਹਦੇ ਤੋਂ ਕਤਾ ਤਾਲੁਕ ਹੋ ਕੇ ਕਿ ਅਗਲਾ ਤੁਹਾਡੇ ਨਾਲ ਕੀ ਸੋਚ ਰਿਹਾ ਹੈ ਜਾਂ ਤੁਹਾਡੇ ਬਾਰੇ ਕੀ ਸੋਚ ਰਿਹਾ ਹੈ, ਕਿਉਂਕਿ ਤੁਸੀਂ ਤਾਂ ਇਜ਼ਹਾਰ ਹੀ ਨਹੀਂ ਕੀਤਾ। ਔਰ ਇਹ ਬਹੁਤ ਵੱਡੇ ਬੰਦਿਆਂ, ਬਹੁਤ ਵੱਡੇ ਲੋਕਾਂ ਦੀ ਗੱਲ ਹੈ, ਮਤਲਬ ਸਾਡੇ ਵਰਗੇ ਆਮ ਬੰਦੇ, ਮੇਰੇ ਵਰਗੇ, ਸਾਡੇ ਮਤਲਬ ਜ਼ਾਹਿਰ ਸੁਣਨ ਵਾਲੇ ਬਹੁਤ ਵੱਡੇ ਬੰਦੇ ਹੋਣਗੇ, ਲੇਕਿਨ ਮੈਂ ਜ਼ਾਤੀ ਤੌਰ 'ਤੇ ਸਮਝਣਾ ਕਿ ਇੱਕ ਬੜਾ ਔਖਾ ਜਿਹਾ ਅਮਲ ਹੁੰਦਾ ਹੈ ਕਿ ਤੁਸੀਂ ਕਿਸੇ ਤਾਲੁਕ ਨੂੰ ਆਪਣੇ ਅੰਦਰ ਵਿੱਚ ਹੀ ਪਾਲਿਆ ਹੋਇਆ ਹੈ ਔਰ ਉਹ ਜਵਾਨ ਵੀ ਹੋ ਗਿਆ ਔਰ ਉਹਦਾ ਮਜ਼ਾ ਲੈ ਰਹੇ ਹੋ ਤੁਸੀਂ, ਔਰ ਜਿਹਦੇ ਨਾਲ ਉਹ ਫੀਲਿੰਗਸ ਜਿਹਦੇ ਵਾਸਤੇ ਨੇ ਤੁਹਾਡੀਆਂ, ਉਹਨੂੰ ਪਤਾ ਵੀ ਨਾ ਹੋਵੇ। ਵੈਸੇ ਇੰਝ ਹੁੰਦਾ ਨਹੀਂ ਹੈ, ਕਿਉਂਕਿ ਇਹ ਤਾਕਤ ਹੁੰਦੀ ਹੈ ਫੀਲਿੰਗਸ ਦੀ, ਇਹ ਪਹੁੰਚ ਜਾਂਦੀਆਂ ਨੇ ਜਿਹਦੇ ਬਾਰੇ ਤੁਸੀਂ ਸੋਚ ਰਹੇ ਹੁੰਦੇ ਹੋ, ਇੱਕ ਅੱਛਾ, ਇੱਕ ਜਜ਼ਬਾ, ਇੱਕ
ਖੁਸ਼ਬੂ ਦੀ ਤਰ੍ਹਾਂ ਹੁੰਦਾ, ਕਮ ਅਜ਼ ਕਮ ਖੁਸ਼ਬੂ ਤਾਂ ਪਹੁੰਚ ਜਾਂਦੀ ਹੈ ਨਾ, ਉਹਦੀ ਸ਼ਿੱਦਤ ਦਾ ਤਾਂ ਮੈਂ ਨਹੀਂ ਕਹਿ ਸਕਦਾ ਕਿ ਅਗਲੇ ਤੱਕ ਪਹੁੰਚ ਸਕਦੀ ਹੈ ਜਾਂ ਨਹੀਂ ਪਹੁੰਚ ਸਕਦੀ, ਲੇਕਿਨ ਉਹਦੀ ਖੁਸ਼ਬੂ, ਉਹਦੀ ਮਹਿਕ, ਉਹਦੀ ਕੋਮਲਤਾ ਅਗਲੇ ਤੱਕ ਜ਼ਰੂਰ ਪਹੁੰਚਦੀ ਹੈ ਔਰ ਉਹ ਤੁਹਾਡੇ ਵਾਸਤੇ ਇੱਕ ਅੱਛਾ ਅਹਿਸਾਸ ਰੱਖਦਾ ਹੈ, ਕਿਉਂਕਿ ਇਹ ਪਰਤਾਵਾ, ਇਹ ਕੁਦਰਤ ਦਾ ਕਾਨੂੰਨ ਹੈ, ਇਹ ਨੇਚਰ ਹੈ ਔਰ ਇਹ ਹੁੰਦਾ ਹੈ। ਮੇਰਾ ਤਾਂ ਇਮਾਨ ਹੈ, ਮੇਰਾ ਯਕੀਨ। ਇੱਕ ਅਸੀਂ ਕੀ ਕਹਿੰਦੇ ਹੋ, ਇੱਕ ਰੰਗ ਸੁਣ ਲਈਏ ਅਤੇ ਫਿਰ ਗੱਲ ਸ਼ੁਰੂ ਕਰਨੀ ਹੈ ਨਾ। ਗੱਲ ਸਮਝ ਆ ਗਈ ਹੋਏਗੀ ਜੋ ਮੈਂ ਕਹਿਣਾ ਚਾਹ ਰਿਹਾ, ਕੀ ਕਹਿੰਦੇ ਹੋ? ਅਤੇ ਇੱਕ ਰੰਗ ਸੁਣਨੇ ਅਸੀਂ, ਅਤੇ ਫਿਰ ਇਹਦੇ 'ਤੇ ਹੀ ਅੱਜ ਸਾਡੇ ਪਿਆਰੇ ਆ ਕੇ ਗੱਲਬਾਤ ਕਰਨਗੇ, ਸਾਡੇ ਪਿਆਰੇ ਰਹਿਨੁਮਾ ਜਿਹੜੇ ਰਾਹ ਵਿਖਾਉਂਦੇ ਨੇ ਸਾਨੂੰ। ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ।